ਮੰਮੀ ਤੂੰ ਹੱਥ ਲਾਵੇ ਹੀਰੇ ਜਿਹੜੀ ਚੀਜ਼ ਨੂੰ ਹੱਟਾ ਨੀ ਹੱਟਾ ਨੀ ਹੱਟਾ ਮੈਨੂੰ ਸੌਂ ਲੱਗੇ ਬਿੱਲੋ ਮੇਰੀ ਮਾਂ ਦੀ ਤੇਰੀ ਪਤਲੀ ਕਮਰ ਹੋਣੀ ਕੁਝ ਨਹੀਂ ਸੁਣਨਾ ਨਾ ਮੈਂ ਅਰੇਂਜ ਮੈਰਿਜ ਕਰਾਉਣੀ ਨਾ ਮੈਂ ਲਵ ਮੈਰਿਜ ਕਰਾਉਣੀ ਤੁਸੀਂ ਮੇਰਾ ਪਿੱਛਾ ਛੱਡੋ ਹੌਲੀ ਬੋਲੋ ਮੈਡਮ ਕਿਉਂ ਮੈਨੂੰ ਸਕੂਲੋਂ ਕਢਾਉਂਗੇ ਲਵ ਮੈਰਿਜ ਤੁਸੀਂ ਨਹੀਂ ਕਰਾਉਣੀ ਅਰੇਂਜ ਮੈਰਿਜ ਤੁਸੀਂ ਨਹੀਂ ਕਰਾਉਣੀ ਤੀਜੀ ਕਿਹੜੀ ਮੈਰਿਜ ਹੁੰਦੀ ਹੈ ਦੱਸ ਤੋਂ ਮੈਂ ਉਹਦੀ ਤਿਆਰੀ ਮਤਲਬ ਤੇਰੇ ਕਹਿਣ ਦਾ ਕਿ ਮੈਂ ਘੈਂਟ ਨਹੀਂ ਜਵਾਨ ਤੂੰ ਬਸ ਚੁੱਪ ਕਰਕੇ ਮੈਨੂੰ ਵਿਆਹ ਤੇ ਲਾ ਦੇ ਤੇ ਮੈਨੂੰ ਸ਼ਰਮ ਆਉਂਦੀ ਹੈ ਤੇਰੇ ਜਿਹੇ ਸਟ੍ਰਕਚਰ ਬੈਠ ਕੇ ਸ਼ਰਮ ਵੀ ਆਉਂਦੀ ਹੈ ਤੈਨੂੰ ਮੈਨੂੰ ਲੱਗਾ ਕਿ ਜੂਡੋ ਕਰਾਟੇ ਆਉਂਦੇ ਤੈਨੂੰ ਮੇਰੇ ਮੂੰਹ ਲੱਗਣ ਦੀ ਲੋੜ ਨਹੀਂ ਮੈਂ ਕੋ ਲੱਗਾ ਤੇਰੇ ਮੂੰਹ ਤੇਰੇ ਮੂੰਹ ਲੱਗਣ ਨੂੰ ਮੈਨੂੰ ਟਰੱਕ ਦੀ ਛੱਤ ਤੇ ਚੜਦਾ ਪੈਣਾ ਤੀਜੀ ਮੰਜ਼ਲ ਤੇ ਮੂੰਹ ਲੱਗਾ ਤੇਰਾ ਫੁਕਰਾਪੰਤੀ ਨਹੀਂ ਪਸੰਦ ਮੈਨੂੰ ਸਮਝ ਨਹੀਂ ਆਉਂਦੀ ਆ ਬ੍ਰਾਂਡਾਂ ਬਰੂੰਡਾਂ ਦੇ ਚੱਕਰ 'ਚ ਕਿਉਂ ਘਰ ਫੂਕਦੇ ਹੋ ਸ਼ੂਜ਼ ਭਾਵੇਂ 12,000 ਦੇ ਪਾ ਲਓ ਪਿੱਛੇ ਤਾਂ ਤੁਸੀਂ 100 ਦੀ ਜੁੱਤੀ ਪਾਉਣ ਵਾਲੀ ਦਾ ਹੀ ਕਰਨਾ ਹੁੰਦਾ ਸੋ ਸਿੰਪਲ ਰਹਿਣ 'ਚ ਕੀ ਪ੍ਰੋਬਲਮ 20 ਘੰਟਿਆਂ ਦਾ ਸਫ਼ਰ ਆ ਜੇ ਇਕੱਠੇ ਰਹਾਂਗੇ ਤਾਂ ਹੀ ਸੌਖਾ ਲੰਘੂ ਹਾਂ ਬਸ ਆ ਤੁਸੀਂ ਆ 9 ਸਕਿੰਟ ਦਾ ਧਿਆਨ ਰੱਖਿਓ 9 ਸਕਿੰਟ ਨਹੀਂ ਅਨਾਉਂਸਮੈਂਟ ਹੁੰਦਾ ਹੈ ਆ ਜੋ ਵੀ ਹੁੰਦਾ ਧਿਆਨ ਤਾਂ ਰੱਖੋਗੇ ਨਾ ਕੋਵੇ ਕਿੱਥੇ ਜਾਣ ਦੇ ਹੁਣ ਦੱਸ ਤੂੰ ਚਾਹਨਾ ਕੀ ਆ ਵਿਆਹ ਕਰਾਉਣਾ ਤੈਨਾਂ ਵਿਆਹ ਤਾਂ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਕਰਾਉਣਾ ਪੱਕਾ ਘਰਦਿਆਂ ਦੀ ਮਰਜ਼ੀ ਨਾਲ ਕਰਾਉਣਾ ਪੱਕਾ ਲੈ ਵੀ ਇਹ ਗੱਲ ਆ ਛੱਡਦਾ ਤੇਰਾ ਵਿਚਾਰ